ਮਾਮਲਾ ਇੱਦਾਂ ਵਾ ਜੀ, ਮੇਰੀ ਵਾਈਫ ਨੂੰ ਕਮਜ਼ੋਰੀ ਸੀ ਥੋੜ੍ਹੀ ਜਿਹੀ, ਨਰਸ ਨੇ ਦੱਸਿਆ ਬੋਤਲ ਲੱਗੂਗੀ, ਅਤੇ ਅੱਜ ਉਹਨਾਂ ਨੇ ਫ੍ਰੀ ਹੋ ਕੇ ਬੋਤਲ ਲਵਾ ਲਈ ਇੱਕ, ਅਤੇ ਉਹ ਸੀਗੇ 1.5 ਮਹੀਨੇ ਦੇ ਪ੍ਰੈਗਨੈਂਟ ਜੀ, ਅਤੇ ਉਸ ਤੋਂ ਬਾਅਦ ਉਹਨੇ ਬੋਤਲ ਲਾ ਲਈ, ਉਹਨਾਂ ਦਰਦ ਹੋਣ ਲੱਗ ਗਿਆ ਜੀ, ਦਰਦ ਤੋਂ ਬਾਅਦ ਇਹਨਾਂ ਨੇ 2 ਟੀਕੇ ਲਾਇਆ, 1 ਠੰਡਾ ਟੀਕਾ ਲਾਇਆ ਜੀ, 1 ਦਰਦ ਤੋਂ ਲਾਇਆ, ਅਤੇ ਉਸ ਤੋਂ ਦਰਦ ਵਧੀ ਗਿਆ ਜੀ। 5 ਵਜੇ ਮੈਂ ਫੋਨ ਲਾਇਆ ਆਪਣੇ ਉਸਤਾਦ ਨੂੰ, ਇਹ ਆਏ 5:30 ਵਜੇ ਇਹਨਾਂ ਦੀ ਡੈਥ ਹੋ ਗਈ। ਅਤੇ ਕਿਹੜੇ ਹੋਸਪਿਟਲ ਦਾਖਲ ਸੀ? ਹਸਪਤਾਲ ਨਹੀਂ ਸੀਗਾ ਜੀ, ਆਪਣੇ ਘਰੇ ਇਹਨਾਂ ਦਾ ਕਲੀਨਿਕ ਆ। ਕਿਹਨਾਂ ਦਾ ਕਲੀਨਿਕ? ਹਾਂਜੀ, ਨਾਂ ਇਹਨਾਂ ਦਾ ਹੈਗਾ ਸੁਖਵਿੰਦਰ ਜੀ। ਕਿਹੜੀ ਜਗ੍ਹਾ? ਜਗ੍ਹਾ ਮੋਹੀ ਹੈ ਜੀ। ਹਾਂਜੀ, ਮੋਹੀ ਪਿੰਡ। ਕਿਹੜੀ ਜਗ੍ਹਾ? ਮੋਹੀ ਆਪਣੇ ਨਾਲ ਹੀ ਆ, ਜਾਮਪੁਰ ਮੁੱਲਾਪੁਰ ਦੇ ਨਾਲ। ਮੁੱਲਾਪੁਰ ਦੇ ਕੋਲ? ਹਾਂਜੀ। ਤੁਸੀਂ ਮੁੱਲਾਪੁਰ ਤੋਂ ਆਏ? ਨਹੀਂ, ਮੋਹੀ ਤੋਂ ਆਏ ਜੀ। ਮੋਹੀ ਤੋਂ? ਹਾਂਜੀ। ਕੀ ਕੰਮ ਕਰਦੇ ਤੁਸੀਂ? ਕੰਮ ਮੈਂ ਮਿਸਤਰੀ ਦਾ ਕੰਮ ਕਰਦਾ। ਮਿਸਤਰੀ ਦਾ? ਹਾਂਜੀ। ਅਤੇ ਵਾਈਫ ਕਿੰਨੀ ਦੇਰ ਹੋ ਗਈ, ਮਤਲਬ ਵਿਆਹ ਹੋਏ ਨੂੰ ਤੁਹਾਡੇ? ਵਿਆਹ ਹੋਏ ਨੂੰ 6 ਸਾਲ ਤੋਂ ਉੱਤੇ ਹੋ ਗਏ। ਬੱਚੇ? ਬੱਚੇ 2 ਆ ਜੀ, ਇੱਕ 5 ਸਾਲ ਦੀ ਕੁੜੀ ਆ, 1 3 ਸਾਲ ਦੀ ਕੁੜੀ ਹੈ ਜੀ। ਮਤਲਬ ਇਹ ਡੈਥ ਜਿਹੜੀ ਹੋਈ ਹੈ ਟੀਕੇ ਕਰਕੇ ਹੋਈ ਹੈ ਜਾਂ ਉੱਦਾਂ? ਇੱਦਾਂ ਨਹੀਂ ਹੈ ਕਦੇ, ਅੱਗੇ ਤਾਂ ਨਹੀਂ ਜੀ ਕਦੇ ਹੋਇਆ। ਬੋਤਲ ਲੈ ਕੇ ਤੁਸੀਂ ਜਦੋਂ ਡੈਥ ਤੋਂ ਬਾਅਦ ਡਾਕਟਰ ਨੇ ਕਿਹਾ ਡੈਥ ਹੋ ਚੁੱਕੀ ਤਾਂ ਇੱਥੇ ਲੈ ਕੇ ਆਏ? ਨਹੀਂ, ਉਹਨਾਂ ਨੇ ਜਦੋਂ ਕਰਿਆ ਵਾ, ਉਹਨਾਂ ਨੇ ਰੈਫਰ ਕਰਤਾ, ਕਹਿੰਦੇ ਪੰਡੂਰੀ ਵਾਲੇ ਦੇ ਲੈ ਜਾਓ ਵੀ ਉਹ ਸਾਂਭ ਲੈਣਗੇ, ਵੀ ਸਕੈਨ ਹੋਊਗੀ ਇੱਕ, ਅਤੇ ਉਦੋਂ ਪਹੁੰਚੇ ਨਹੀਂ ਜੀ, ਰਾਹ 'ਚ ਹੀ ਡੈਥ ਹੋ ਗਈ ਉਹਨਾਂ ਦੀ। ਅਤੇ ਬੱਚੇ ਕਿੰਨੇ ਦੱਸਿਆ ਤੁਸੀਂ? ਬੱਚੇ 2 ਨੇ ਜੀ। ਕਿੰਨੀ ਉਮਰ ਦੇ? 1 5 ਦਾ ਜੀ 1 3 ਦਾ। ਅਤੇ ਗੁੱਡੀਆਂ ਜੀ ਦੋਨੇ? ਇਹ ਹੁਣ ਵੀ ਪ੍ਰੈਗਨੈਂਟ ਸੀਗੇ? ਹਾਂਜੀ। ਕਿੰਨੇ ਮੰਥ ਦੇ? 1.5 ਮਹੀਨੇ ਦੇ ਸੀ ਜੀ। 1.5 ਮਹੀਨੇ? ਹਾਂਜੀ, 1.5 ਤੋਂ 2 ਪਲੱਸ ਸੀਗੀ ਜੀ। ਮਾਮਲਾ ਇੱਦਾਂ ਵਾ ਜੀ, ਮੇਰੀ ਵਾਈਫ ਨੂੰ ਕਮਜ਼ੋਰੀ ਸੀ ਥੋੜ੍ਹੀ ਜਿਹੀ, ਨਰਸ ਨੇ ਦੱਸਿਆ ਬੋਤਲ ਲੱਗੂਗੀ, ਅਤੇ ਅੱਜ ਉਹਨਾਂ ਨੇ ਫ੍ਰੀ ਹੋ ਕੇ ਬੋਤਲ ਲਵਾ ਲਈ ਇੱਕ, ਅਤੇ ਉਹ ਸੀਗੇ 1.5 ਮਹੀਨੇ ਦੇ ਪ੍ਰੈਗਨੈਂਟ ਜੀ, ਅਤੇ ਉਸ ਤੋਂ ਬਾਅਦ ਉਹਨਾਂ ਬੋਤਲ ਲਾ ਲਈ, ਉਹਨਾਂ ਦਰਦ ਹੋਣ ਲੱਗ ਗਿਆ ਜੀ। ਦਰਦ ਤੋਂ ਬਾਅਦ ਇਹਨਾਂ ਨੇ 2 ਟੀਕੇ ਲਾਇਆ, 1 ਠੰਡਾ ਟੀਕਾ ਲਾਇਆ ਜੀ, 1 ਦਰਦ ਤੋਂ ਲਾਇਆ, ਅਤੇ ਉਸ ਤੋਂ ਦਰਦ ਵਧੀ ਗਿਆ ਜੀ। 5 ਵਜੇ ਮੈਂ ਫੋਨ ਲਾਇਆ ਆਪਣੇ ਉਸਤਾਦ ਨੂੰ, ਇਹ ਆਏ 5:30 ਵਜੇ ਇਹਨਾਂ ਦੀ ਡੈਥ ਹੋ ਗਈ। ਅਤੇ ਕਿਹੜੇ ਹੋਸਪਿਟਲ ਦਾਖਲ ਸੀ? ਹਸਪਤਾਲ ਨਹੀਂ ਸੀਗਾ ਜੀ, ਆਪਣੇ ਘਰੇ ਇਹਨਾਂ ਦਾ ਕਲੀਨਿਕ ਆ। ਕਿਹਨਾਂ ਦਾ ਕਲੀਨਿਕ? ਹਾਂਜੀ, ਨਾਂ ਇਹਨਾਂ ਦਾ ਹੈਗਾ ਸੁਖਵਿੰਦਰ ਜੀ। ਕਿਹੜੀ ਜਗ੍ਹਾ? ਜਗ੍ਹਾ ਮੋਹੀ ਹੈ ਜੀ। ਹਾਂਜੀ, ਮੋਹੀ ਪਿੰਡ। ਕਿਹੜੀ ਜਗ੍ਹਾ? ਮੋਹੀ ਆਪਣੇ ਨਾਲ ਹੀ ਆ, ਜਾਮਪੁਰ ਮੁੱਲਾਪੁਰ ਦੇ ਨਾਲ। ਮੁੱਲਾਪੁਰ ਦੇ ਕੋਲ? ਹਾਂਜੀ। ਤੁਸੀਂ ਮੁੱਲਾਪੁਰ ਤੋਂ ਆਏ? ਨਹੀਂ, ਮੋਹੀ ਤੋਂ ਆਏ ਜੀ। ਮੋਹੀ ਤੋਂ? ਹਾਂਜੀ। ਕੀ ਕੰਮ ਕਰਦੇ ਤੁਸੀਂ? ਕੰਮ ਮੈਂ ਮਿਸਤਰੀ ਦਾ ਕੰਮ ਕਰਦਾ। ਮਿਸਤਰੀ ਦਾ? ਹਾਂਜੀ। ਅਤੇ ਵਾਈਫ ਕਿੰਨੀ ਦੇਰ ਹੋ ਗਈ, ਮਤਲਬ ਵਿਆਹ ਹੋਏ ਨੂੰ ਤੁਹਾਡੇ? ਵਿਆਹ ਹੋਏ ਨੂੰ 6 ਸਾਲ ਤੋਂ ਉੱਤੇ ਹੋ ਗਏ। ਬੱਚੇ? ਬੱਚੇ 2 ਆ ਜੀ, 1 5 ਸਾਲ ਦੀ ਕੁੜੀ ਆ, 1 3 ਸਾਲ ਦੀ ਕੁੜੀ ਹੈ ਜੀ। ਮਤਲਬ ਇਹ ਡੈਥ ਜਿਹੜੀ ਹੋਈ ਹੈ ਟੀਕੇ ਕਰਕੇ ਹੋਈ ਹੈ ਜਾਂ ਉੱਦਾਂ? ਇੱਦਾਂ ਨਹੀਂ ਹੈ ਕਦੇ, ਅੱਗੇ ਤਾਂ ਨਹੀਂ ਜੀ ਕਦੇ ਹੋਇਆ। ਬੋਤਲ ਲੈ ਕੇ ਤੁਸੀਂ ਜਦੋਂ ਡੈਥ ਤੋਂ ਬਾਅਦ ਡਾਕਟਰ ਨੇ ਕਿਹਾ ਡੈਥ ਹੋ ਚੁੱਕੀ ਤਾਂ ਇੱਥੇ ਲੈ ਕੇ ਆਏ? ਨਹੀਂ, ਉਹਨਾਂ ਨੇ ਜਦੋਂ ਕਰਿਆ ਵਾ, ਉਹਨਾਂ ਨੇ ਰੈਫਰ ਕਰਤਾ, ਕਹਿੰਦੇ ਪੰਡੂਰੀ ਵਾਲੇ ਦੇ ਲੈ ਜਾਓ ਵੀ ਉਹ ਸਾਂਭ ਲੈਣਗੇ, ਵੀ ਸਕੈਨ ਹੋਊਗੀ ਇੱਕ, ਅਤੇ ਉਦੋਂ ਪਹੁੰਚੇ ਨਹੀਂ ਜੀ, ਰਾਹ 'ਚ ਹੀ ਡੈਥ ਹੋ ਗਈ ਉਹਨਾਂ ਦੀ। ਅਤੇ ਬੱਚੇ ਕਿੰਨੇ ਦੱਸਿਆ ਤੁਸੀਂ? ਬੱਚੇ 2 ਨੇ ਜੀ। ਕਿੰਨੀ ਕਿੰਨੀ ਉਮਰ ਦੇ? 1 5 ਦਾ ਜੀ 1 3 ਦਾ। ਅਤੇ ਗੁੱਡੀਆਂ ਜੀ ਦੋਨੇ? ਇਹ ਹੁਣ ਵੀ ਪ੍ਰੈਗਨੈਂਟ ਸੀਗੇ? ਹਾਂਜੀ। ਕਿੰਨੇ ਮੰਥ ਦੇ? 1.5 ਮਹੀਨੇ ਦੇ ਸੀ ਜੀ। 1.5 ਮਹੀਨੇ? ਹਾਂਜੀ, 1.5 ਤੋਂ 2 ਪਲੱਸ ਸੀਗੀ ਜੀ। ਮਾਮਲਾ ਇੱਦਾਂ ਵਾ ਜੀ, ਮੇਰੀ ਵਾਈਫ ਨੂੰ ਕਮਜ਼ੋਰੀ ਸੀ ਥੋੜ੍ਹੀ ਜਿਹੀ, ਨਰਸ ਨੇ ਦੱਸਿਆ ਬੋਤਲ ਲੱਗੂਗੀ, ਅਤੇ ਅੱਜ ਉਹਨਾਂ ਨੇ ਫ੍ਰੀ ਹੋ ਕੇ ਬੋਤਲ ਲਵਾ ਲਈ ਇੱਕ, ਅਤੇ ਉਹ ਸੀਗੇ 1.5 ਮਹੀਨੇ ਦੇ ਪ੍ਰੈਗਨੈਂਟ ਜੀ, ਅਤੇ ਉਸ ਤੋਂ ਬਾਅਦ ਉਹਨੇ ਬੋਤਲ ਲਾ ਲਈ, ਉਹਨਾਂ ਦਰਦ ਹੋਣ ਲੱਗ ਗਿਆ ਜੀ। ਦਰਦ ਤੋਂ ਬਾਅਦ ਇਹਨਾਂ ਨੇ 2 ਟੀਕੇ ਲਾਇਆ, 1 ਠੰਡਾ ਟੀਕਾ ਲਾਇਆ ਜੀ, 1 ਦਰਦ ਤੋਂ ਲਾਇਆ, ਅਤੇ ਉਸ ਤੋਂ ਦਰਦ ਵਧੀ ਗਿਆ ਜੀ। 5 ਵਜੇ ਮੈਂ ਫੋਨ ਲਾਇਆ ਆਪਣੇ ਉਸਤਾਦ ਨੂੰ, ਇਹ ਆਏ 5:30 ਵਜੇ ਇਹਨਾਂ ਦੀ ਡੈਥ ਹੋ ਗਈ। ਅਤੇ ਕਿਹੜੇ ਹੋਸਪਿਟਲ ਦਾਖਲ ਸੀ? ਹਸਪਤਾਲ ਨਹੀਂ ਸੀਗਾ ਜੀ, ਆਪਣੇ ਘਰੇ ਇਹਨਾਂ ਦਾ ਕਲੀਨਿਕ ਆ। ਕਿਹਨਾਂ ਦਾ ਕਲੀਨਿਕ? ਹਾਂਜੀ, ਨਾਂ ਇਹਨਾਂ ਦਾ ਹੈਗਾ ਸੁਖਵਿੰਦਰ ਜੀ। ਕਿਹੜੀ ਜਗ੍ਹਾ? ਜਗ੍ਹਾ ਮੋਹੀ ਹੈ ਜੀ। ਹਾਂਜੀ, ਮੋਹੀ ਪਿੰਡ। ਕਿਹੜੀ ਜਗ੍ਹਾ? ਮੋਹੀ ਆਪਣੇ ਨਾਲ ਹੀ ਆ, ਜਾਮਪੁਰ ਮੁੱਲਾਪੁਰ ਦੇ ਨਾਲ। ਮੁੱਲਾਪੁਰ ਦੇ ਕੋਲ? ਹਾਂਜੀ। ਤੁਸੀਂ ਮੁੱਲਾਪੁਰ ਤੋਂ ਆਏ? ਨਹੀਂ, ਮੋਹੀ ਤੋਂ ਆਏ ਜੀ। ਮੋਹੀ ਤੋਂ? ਹਾਂਜੀ। ਕੀ ਕੰਮ ਕਰਦੇ ਤੁਸੀਂ? ਕੰਮ ਮੈਂ ਮਿਸਤਰੀ ਦਾ ਕੰਮ ਕਰਦਾ। ਮਿਸਤਰੀ ਦਾ? ਹਾਂਜੀ। ਅਤੇ ਵਾਈਫ ਕਿੰਨੀ ਦੇਰ ਹੋ ਗਈ, ਮਤਲਬ ਵਿਆਹ ਹੋਏ ਨੂੰ ਤੁਹਾਡੇ? ਵਿਆਹ ਹੋਏ ਨੂੰ 6 ਸਾਲ ਤੋਂ ਉੱਤੇ ਹੋ ਗਏ। ਬੱਚੇ? ਬੱਚੇ 2 ਆ ਜੀ, 1 5 ਸਾਲ ਦੀ ਕੁੜੀ ਆ, 1 3 ਸਾਲ ਦੀ ਕੁੜੀ ਹੈ ਜੀ। ਮਤਲਬ ਇਹ ਡੈਥ ਜਿਹੜੀ ਹੋਈ ਹੈ ਟੀਕੇ ਕਰਕੇ ਹੋਈ ਹੈ ਜਾਂ ਉੱਦਾਂ?
ਇੱਦਾਂ ਨਹੀਂ ਹੈ ਕਦੇ ਅੱਗੇ ਤਾਂ ਨਹੀਂ ਜੀ ਕਦੇ ਹੋਇਆ ਬੋਤਲ ਲੈ ਕੇ ਆਇਓ ਤੁਸੀਂ ਜੋ ਡੈਥ ਤੋਂ ਬਾਅਦ ਡਾਕਟਰ ਨੇ ਕਿਹਾ ਡੈਥ ਹੋ ਚੁੱਕੀ ਤਾਂ ਇੱਥੇ ਲੈ ਕੇ ਆਇਆ ਨਹੀਂ ਉਹਨਾਂ ਨੇ ਜਦੋਂ ਕਰਿਆ ਵਾ ਉਹਨਾਂ ਨੇ ਰੈਫਰ ਕਰਤਾ ਕਹਿੰਦੇ ਪੰਡੂਰੀ ਵਾਲੇ ਦੇ ਲੈ ਜਾਓ ਵੀ ਉਹ ਸਾਂਭ ਲੈਣਗੇ ਵੀ ਸਕੈਨ ਹੋਊਗੀ ਇੱਕ ਅਤੇ ਉਦੋਂ ਪਹੁੰਚੇ ਨਹੀਂ ਜੀ ਰਾਹ 'ਚ ਹੀ ਡੈਥ ਹੋ ਗਈ ਉਹਨਾਂ ਦੀ ਅਤੇ ਬੱਚੇ ਕਿੰਨੇ ਦੱਸਿਆ ਤੁਸੀਂ ਬੱਚੇ ਦੋ ਨੇ ਜੀ ਕਿੰਨੀ ਕਿੰਨੀ ਉਮਰ ਦੇ ਇੱਕ 5 ਦਾ ਜੀ ਇੱਕ 3 ਦਾ ਅਤੇ ਗੁੱਡੀਆਂ ਨੇ ਦੋਨੇ ਇਹ ਹੁਣ ਵੀ ਪ੍ਰੈਗਨੈਂਟ ਸੀਗੇ ਹਾਂਜੀ ਕਿੰਨੇ ਮੰਥ ਦੇ ਡੇਢ ਮਹੀਨੇ ਦੇ ਸੀਗੇ ਡੇਢ ਮਹੀਨੇ ਹਾਂਜੀ ਡੇਢ ਤੋਂ ਪਲੱਸ ਸੀਗੀ ਜੀ